ਭਾਸ਼ਾਈ ਸਮਾਗਮ ਦੇ ਵਿੱਚ ਅਤੇ ਕੀ ਇਹ ਹੈਗਾ ਪ੍ਰੋਗਰਾਮ? ਅੱਜ ਡੇਰਾ ਸ਼ਹੀਦ ਸਮਾਧਾਂ ਫਰੀਦਕੋਟ ਫਰੀਦਕੋਟ ਰੋਡ 'ਤੇ ਪਰਮ ਪੂਜੇ ਸ਼੍ਰੀਮਾਨ 108 ਮਹੰਤ ਰਾਮ ਸ਼ਰਨ ਦਾਸ ਜੀ ਦੀ ਸਾਲਾਨਾ ਬਰਸੀ ਮਨਾਈ ਗਈ ਅਤੇ ਇਸ ਉਪਲਕਸ਼ ਸ਼੍ਰੀ ਚੰਦਰ ਸਰਦਾਰ ਸਾਗਰ ਦਾ ਪਾਠ ਕਰਾਏ ਗਏ, ਉਪਰੰਤ ਕੀਰਤਨ ਹੋਇਆ, ਸਤਸੰਗ ਹੋਇਆ ਅਤੇ ਸੰਤ ਮਹੰਤਾਂ ਨੇ ਪ੍ਰਵਚਨ ਕੀਤੇ ਅਤੇ ਬਾਅਦ 'ਚ ਭੰਡਾਰਾ ਲੰਗਰ ਛਕਾਇਆ ਗਿਆ ਸੰਗਤਾਂ ਨੂੰ। ਇਹ ਕਿੰਨੀ ਵਾਰ ਕਰਵਾਇਆ ਗਿਆ ਬਾਬਾ ਜੀ? ਇਹ 34ਵੀਂ ਬਰਸੀ ਹੈ ਸ਼੍ਰੀਮਾਨ 108 ਮਹੰਤ ਰਾਮ ਸ਼ਰਨ ਦਾਸ ਜੀ ਦੀ। ਅਤੇ ਇਸ ਤੋਂ ਇਲਾਵਾ ਕਿਤੇ ਹੋਰ ਵੀ ਪ੍ਰੋਗਰਾਮ ਇੱਦਾਂ ਕੀਤਾ ਜਾਂਦਾ ਹੈ? ਹਾਂਜੀ, ਬਾਬਾ ਸ਼੍ਰੀ ਚੰਦਰ ਜੀ ਦੀ ਮੂਰਤੀ ਸਥਾਪਨਾ ਦੇ ਵਿੱਚ ਵੀ ਮਨਾਈਦਾ, ਨਵਰਾਤਰੇ ਵੀ ਮਨਾਈਦੇ ਹੈ, ਦਿਵਾਲੀ ਤੋਂ 2 ਦਿਨ ਪਹਿਲਾਂ ਸ਼੍ਰੀ ਧਨਵੰਤਰੀ ਦਿਵਸ ਮਨਾਈਦਾ, ਉਦੋਂ ਭੰਡਾਰਾ ਲੱਗਦਾ, ਕੱਲ੍ਹ ਨੂੰ ਵੀ ਖੀਰ ਪੂੜਿਆਂ ਦਾ ਲੰਗਰ ਲੱਗੇਗਾ 21 ਤਰੀਕ ਨੂੰ। ਹਾਂਜੀ,